ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦਾ ਬਲੌਗ ਹੋਣ ਲੱਗਿਆ ਬਹੁਤ ਜ਼ਿਆਦਾ ਘੈਂਟ, ਕਿਉਂਕਿ ਅੱਜ ਚੱਲੇ ਆਪਾਂ ਲੈ ਲਓ ਪੰਜਾਬੀ ਵਿਰਸਾ ਉਹ ਦੇਖਣ ਚੱਲੇ ਆਪਾਂ, ਅਤੇ ਨਾਲ ਹੈਗੀ ਹੈ ਨਾਪਰੀ, ਤੁਹਾਨੂੰ ਦਿਖਾਵਾਂਗੇ ਅੱਜ ਦਾ ਸ਼ੋਅ ਪੂਰਾ। ਸੋ ਦੇਖਿਓ ਜੀ ਪੂਰਾ ਬਲੌਗ, ਅਸੀਂ ਅੱਜ ਜ਼ਿਆਦਾ ਗੱਲਾਂ ਬਾਤਾਂ ਨਹੀਂ, ਅੱਜ ਸਿੱਧਾ ਤੁਹਾਨੂੰ ਡਾਇਰੈਕਟ ਜਾ ਕੇ ਸ਼ੋਅ 'ਤੇ ਦਿਖਾਵਾਂਗੇ ਕਿੱਦਾਂ ਰੌਣਕਾਂ ਲੱਗਦੀਆਂ ਹੈਗੇ। ਥੋੜ੍ਹਾ ਜਿਹਾ ਆਪਾਂ ਲੇਟ ਹੈ ਕਿਉਂਕਿ ਆਪਾਂ ਟਿਕਟਾਂ ਔਨ ਦੀ ਸਪੋਰਟ ਲਈਆਂ। ਸੋ ਸੰਦੀਪ ਨੇ ਸਾਨੂੰ ਟਿਕਟਾਂ ਲੈ ਕੇ ਦੇਤੀ ਔਨ ਦੀ ਸਪੋਰਟ, ਥੈਂਕ ਯੂ। ਓਕੇ ਜੀ, ਆ ਜਾਓ ਕਰਦੇ ਹਾਂ ਅੱਜ ਦਾ ਬਲੌਗ ਇੰਜੋਏ। ਨਾਪਰੀਤ ਹੋ ਕੇ ਫਟਾਫਟ ਬੈਠ ਗਈ ਗੱਡੀ ਦੇ ਵਿੱਚ, ਅੱਜ 5 ਮਿੰਟ ਲਾਏ ਆ ਮਿੱਤਰੋ ਤਿਆਰ ਹੋਣੇ ਨੂੰ, ਪਰ ਅੱਜ ਗੱਡੀ 'ਚ ਮੇਕਅਪ ਹੋਊਗਾ ਮੈਨੂੰ ਲੱਗਦਾ ਜਾਂਦੇ ਜਾਂਦੇ। 8 ਮਿੰਟ ਪੂਰਾ ਹੋਇਆ ਵਾ, ਫੈਮਲੀਆਂ ਨਾਲ ਲੋਕ ਪਹੁੰਚੇ ਹੋਏ ਆ ਅਤੇ ਆਪਾਂ ਵੀ ਪਹੁੰਚ ਕੇ ਹਰਕੀਰ ਤੋਂ ਨਹੀਂ ਵੀ ਆ ਰਹੇ ਹਾਂ। ਲਓ ਜੀ ਹਰਕੀਰ ਤੋਂ ਨਹੀਂ ਵੀ ਆ ਗਏ ਅਤੇ ਨਾਲ ਹੁਣ ਜਾਵਾਂਗੇ ਐਂਟਰੀ ਕਰਾਂਗੇ। 8 ਪੂਰਾ ਹੋਇਆ ਵਾ। ਲਓ ਜੀ ਮਿੱਤਰੋ ਪਹੁੰਚ ਗਏ ਸ਼ੋਅ ਦੇ ਵਿੱਚ, ਦਿਵਾਲੀ ਮੇਲਾ। ਹਾਲੇ ਬਹੁਤ ਸੀਟਾਂ ਖਾਲੀ ਪਈਆਂ, ਹਾਲੇ ਬਹੁਤ ਜ਼ਿਆਦਾ। ਪਿੰਡ ਹਲੂਵਾਲ ਦੇ ਚੰਪਲ ਤਿੰਨਾਂ ਭਰਾਵਾਂ ਨੇ ਜਿੱਥੇ ਵੱਖ ਵੱਖ ਸਮਿਆਂ 'ਤੇ ਤੁਹਾਡੇ ਨਾਲ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਈਆਂ, ਉੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਾਡੇ ਵੱਖ ਵੱਖ ਸਪੋਂਸਰਸ, ਕਾਰੋਬਾਰੀ ਮਿੱਤਰ ਜਿਨ੍ਹਾਂ ਦੇ ਦਸਵੰਧ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ, ਉਹਨਾਂ ਨੂੰ ਵੀ ਜ਼ਰੂਰ ਅਸੀਂ ਐਕਨੋਲੇਜ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਔਕਲੈਂਡ ਦੇ ਪੰਜਾਬੀਓ, ਪੰਜਾਬੀ ਵਿਰਸਾ 2024 ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਸਾਡਾ ਤੁਹਾਡਾ ਰਿਸ਼ਤਾ ਬਹੁਤ ਪੁਰਾਣਾ ਆ, 35 ਸਾਲ ਪੁਰਾਣਾ ਆ, ਔਰ ਜਦੋਂ ਵੀ ਤੁਹਾਨੂੰ ਮਿਲੀਦਾ ਹਰ ਮੁਲਾਕਾਤ ਦੇ ਨਾਲ ਇਹ ਜਿਹੜੀ ਸਾਂਝ ਆ ਹੋਰ ਗੂੜੀ ਹੋ ਜਾਂਦੀ ਹੈ। ਹਰੇਕ 2 ਸਾਲ ਬਾਅਦ ਤੁਹਾਡੇ ਨਾਲ ਜਦੋਂ ਸਾਂਝ ਪੈਂਦੀ ਆ, ਪੁਰਾਣੇ ਚਿਹਰਿਆਂ ਦੇ ਨਾਲ ਨਵੇਂ ਚਿਹਰੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਆ, ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬੀ ਦੀ ਜੋਤ ਜਗਦੀ ਆ। ਅੱਜ ਵੀ ਇਹ ਇਕੱਲੀ ਗੀਤਾਂ ਦੀ ਸ਼ਾਮ ਨਾ ਹੋਵੇ, ਸਾਡੀਆਂ ਜੜ੍ਹਾਂ, ਸਾਡੀ ਵਿਰਾਸਤ, ਸਾਡਾ ਵਿਰਸਾ, ਸਾਡੀ ਸਾਂਝ, ਸਾਡੀ ਤੁਹਾਡੀ, ਉਹਦਾ ਜਸ਼ਨ ਮਨਾਉਣ ਦੀ ਅੱਜ ਇੱਕ ਸ਼ਾਮ ਹੋਵੇ। ਤੁਸੀਂ ਕਿਤੇ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਵਸੋ, ਬਸ ਇੱਕ ਦੂਜੇ ਨਾਲ ਦਿਲੋਂ ਇਸੇ ਤਰ੍ਹਾਂ ਜੁੜੇ ਰਹੀਏ। ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਜੀ ਆਇਆਂ ਨੂੰ, ਅਤੇ ਇਸ ਪਿਆਰ ਲਈ ਧੰਨਵਾਦ। ਇੱਡੇ ਲੰਬੇ ਅਰਸੇ ਤੋਂ ਜਿੱਥੇ ਜਿੱਥੇ ਪੰਜਾਬ ਵਸਾ ਕੇ ਬੈਠੇ ਹਾਂ ਪ੍ਰਦੇਸ਼ਾਂ ਦੇ ਵਿੱਚ, ਤੁਸੀਂ ਉੱਥੇ ਉੱਥੇ ਆਪਣੀ ਗਾਇਕੀ ਦੇ ਜ਼ਰੀਏ ਸਾਡਾ ਜਾਣਾ ਹੋਇਆ, ਅਤੇ ਜਿਸ ਤਰ੍ਹਾਂ ਔਕਲੈਂਡ ਦਾ ਪੰਜਾਬ ਆ ਇਹਨੂੰ ਆਪਣੇ ਅੱਖੀਂ ਵੱਡਾ ਹੁੰਦਾ ਵੇਖਿਆ, ਕਿਉਂਕਿ 98 'ਚ ਸਭ ਤੋਂ ਪਹਿਲਾਂ ਮੈਂ ਇੱਥੇ ਆਇਆ ਸੀ। ਸੋ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਤੋਂ ਬਾਅਦ ਆਏ ਹੋਣਗੇ ਇੱਥੇ ਆ ਕੇ, ਬਿਜ਼ਨਸ ਸੈੱਟ ਕੀਤੇ, ਤੁਸੀਂ ਤਰੱਕੀਆਂ ਕੀਤੀਆਂ, ਸੋ ਬਹੁਤ ਅੱਜ ਵਧੀਆ ਲੱਗ ਰਿਹਾ। ਜੇ ਆਪਾਂ ਇਹ ਭੋਲੀ ਜਾਣਾ ਆਪਾਂ ਕਿ ਆਪਾਂ ਔਕਲੈਂਡ 'ਚ ਬੈਠੇ ਹਾਂ, ਅਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਬਿਲਕੁਲ ਇੱਕ ਪੰਜਾਬ ਦਾ ਮੇਲਾ, ਪੰਜਾਬ ਦਾ ਮਾਹੌਲ,
ਅਸਲੀ ਪੰਜਾਬ ਇਸ ਚਾਰ ਦੀਵਾਰੀ ਦੇ ਅੰਦਰ ਇਸ ਵੇਲੇ ਇਸ ਪੰਜਾਬ ਲਈ ਜ਼ੋਰਦਾਰ ਤਾੜੀ ਕਿ ਅਸੀਂ ਸ਼ੁਰੂਆਤ ਕਰਦੇ ਸਾਡੇ ਗੀਤਾਂ ਨੂੰ ਸਾਡੀ ਆਵਾਜ਼ ਨੂੰ ਸਾਡੇ ਅੰਦਾਜ਼ ਨੂੰ ਸਾਡੇ ਗੀਤਾਂ ਦੇ ਸਬਜੈਕਟਸ ਆ ਜਿਹੜੇ ਉਹਨਾਂ ਨੂੰ ਸੰਗੀਤ ਨੂੰ ਹਰੇਕ ਚੀਜ਼ ਨੂੰ ਪਿਆਰ ਦਿੱਤਾ ਪਰ ਜੇ ਗਾਇਕੀ
ਇੱਕ ਗੀਤ ਅਸੀਂ ਤਿੰਨਾਂ ਨੇ ਇਹੋ ਜਿਹਾ ਗਾਇਆ ਹੋਇਆ ਜਿਹੜਾ ਬੰਦੇ ਨੂੰ ਢਹਿੰਦੀ ਕਲਾ 'ਚ ਨਹੀਂ ਲੈ ਕੇ ਢਹਿੰਦੀ ਕਲਾ 'ਚੋਂ ਕੱਢ ਦਿੰਦਾ ਬੰਦੇ ਨੂੰ ਇੱਕ ਵਾਰੀ ਸੁਣ ਲਓ। ਉਹ ਖਾਸ ਤੌਰ 'ਤੇ ਨੌਜਵਾਨਾਂ ਲਈ ਗਾਇਆ ਸੀ ਕਿਉਂਕਿ ਤੁਸੀਂ ਬਹੁਤ ਛੋਟੀ ਉਮਰਾਂ ਦੇ ਵਿੱਚ ਵੱਡੇ ਸੰਘਰਸ਼ਾਂ 'ਚ ਪਏ ਆ, ਰੋਟੀ ਰੋਜ਼ੀ ਵਧੀਆ ਜ਼ਿੰਦਗੀ ਦੀ ਭਾਲ 'ਚ, ਅਜੇ ਖੇਲਣ ਮੱਲਣ ਦੀ ਤੁਹਾਡੀ ਉਮਰ ਸੀ ਪੰਜਾਬ ਦੇ ਵਿੱਚ, ਪਰ ਤੁਸੀਂ ਇੱਥੇ ਆ ਕੇ ਤਰੱਕੀਆਂ ਕੀਤੀਆਂ। ਤੁਹਾਡੇ ਸਾਰਿਆਂ ਦੇ ਨਾਲ ਜਿੱਤਾਂਗੇ ਜ਼ਰੂਰ, ਜਾਰੀ ਜਾ ਕੇ ਰੱਖਿਓ। ਪੇਸ਼ ਕਰ
ਕਰੇ ਪੁਲਿਸ ਦਾ ਗਲਤ ਰਵਈਆ, ਕਿਤੇ ਭੀੜ ਦੀ ਹਿੰਸਾ, ਕਿਧਰੇ ਪੁਲਿਸ ਦਾ ਗਲਤ ਰਵਈਆ। ਥੋੜਾ ਡੂੰਘਾ ਪੁੱਟੋ ਵਿੱਚੋਂ ਨਿਕਲੂ ਸਦਾ ਰਵਈਆ। ਕੋਲੇ ਥਾਂ ਥਾਂ ਅੱਗਾਂ ਲਾਵਣ ਤੇ ਹੀਰੇ ਰਹਿ ਗਏ ਦੱਬੇ, ਨੀਲੇ ਅੰਬਰ ਤੇ ਵੀ ਪੈ ਗਏ ਧੂਏ ਵਾਲੇ ਧੱਬੇ। ਭਾਵੇਂ ਲਾ ਦੁਨੀਆ ਨੂੰ ਭਾਂਬਣ, ਵੋਟ ਮਿਲੀ ਨਾ ਕੋਈ, ਤਾਂ ਵੀ ਸਰਦ ਸਿਆਸਤ ਅੱਗਾਂ ਲਾਉਣ ਵਾਲੀ ਸ਼ੇਰਾਂ ਵਿੱਚ ਜੋ ਮਰਜ਼ੀ ਸਿੱਟੇ ਕੱਢ ਸੰਗਤਾਰ ਦਿਖਾਵੇ। ਕੋਈ ਇੱਕ ਤੋਂ ਇੱਕ ਸਿਆਣਾ ਇੱਥੇ ਦਿਲ ਤੇ ਗੱਲ ਨਾ ਲਾਵੇ। ਕਿਉਂ ਇਹ ਦੁਨੀਆ ਦੀ ਰੀਤ ਅੱਜ ਕੱਲ੍ਹ ਉਬਾਲਿਆ ਹੱਡੀਆਂ ਤੋਂ ਮਾਸ ਜਿਵੇਂ ਕੀੜੀਆਂ ਨੇ ਖਾ ਲਿਆ। ਉਹ ਕੱਲੀ ਬਾਤੀ ਬਣੇ ਨਾਰਾ ਸਿੰਘ ਹੁੰਦੇ ਨੇ, ਹੋਰ ਕਿਹੜਾ
ਤੁਹਾਡੀਆਂ ਕਿਲਕਾਰੀਆਂ ਤੁਹਾਡੀਆਂ ਵੜਕਾਂ ਮੇਰੀ ਖੁਰਾਕ ਹੈ। ਤੁਹਾਡੀ ਖੁਰਾਕ ਮੇਰੇ ਗੀਤ ਆ। ਉਹ ਦਿਨ ਨੇ ਚੇਤੇ ਆਉਂਦੇ ਹੱਸ ਹੱਸ ਸੀ ਗਾਲਾਂ ਖਾਂਦੇ ਅੱਜ ਓਏ ਵੀ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ ਕੋਈ ਜੇ ਸਾਨੂੰ ਘੂਰੇ ਅਸੀਂ ਚੁੱਕ ਚੁੱਕ ਪਈਏ ਹੂਰੇ ਗੱਲ ਗੱਲ ਤੇ ਭੱਜੀਏ ਥਾਣੇ ਉਹ ਦਿਨ ਨੀ ਮੁੜ ਕੇ ਆਣੇ ਕਿਹੜੇ ਦਿਨ ਮੈਂ ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲਦਾ ਸੀ ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ ਆਉਣ ਤੋਂ ਪਹਿਲਾਂ ਤਾਂ ਜੱਟ ਪੂਰੇ
ਵੇਖੀ ਦਾ ਉਹ ਦਿਲ ਮਿਲ ਜਾਵੇ ਫਿਰ ਹਾਣ ਮੈਨੂੰ ਵੇਖੀ ਦਾ ਦਿਲ ਹੋਵੇ ਸੋਹਣਾ ਨਾਲੇ ਸਾਫ਼ ਸੁਥਰਾ ਫਿਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂ ਉਹ ਦੇਖੀ ਦਾ ਉਹ ਸੁਣ ਸੁਖ ਪਾਲ ਯਾਰੀ ਲਾਈਏ ਜੇ ਕਿਸੇ ਨਾ ਫਿਰ ਰਾਮ ਸ਼ਾਮ ਚੌਣ ਸਿੰਘ ਖਾਨ ਨਹੀਂ ਉਹ ਦੇਖੀ ਦਾ ਨੈਣਾ ਨਾਲ ਨੈਣ ਮਾੜਾ ਛੱਡ ਦੇ ਮੁੰਡੇ ਦੇ ਨਾਲ ਕੋਈ ਕੁੜੀ ਲੱਭ ਜਾਏ ਜਵਾਨੀ ਜੀ ਦੀ ਹੋਵੇ ਛੱਡ ਦੀ
ਸੈਡ ਸੌਂਗ ਦੇ ਨੱਚਦੇ ਹੋ ਸਿਰੇ ਗਿਰਾ ਲੈ। ਸੁਣੋ
ਨਾ ਚੰਗੇ ਲੱਗਦੇ ਆਸ਼ਕਾਂ ਨੂੰ ਚਿਹਰੇ ਇਉਂ ਹਸੀਨ ਚੰਗੇ ਲੱਗਦੇ ਕਮਲ ਦੀ ਗੱਲ ਮੈਂ ਨਾ ਪੜ ਠਣ ਰਿਹਾ ਕੁੜੀਆਂ ਨੂੰ ਟਾਪ ਦੇ ਸ਼ੌਕੀਨ ਚੰਗੇ ਲੱਗਦੇ
ਦਿਲਾਂ ਵਿੱਚ ਜਗ੍ਹਾ ਬਣਾਈ ਹੋਈ ਹੈ। ਦੋ ਤਾਰਾਂ ਵੱਜਦਾ ਵੇ ਰਾਂਝਣਾ ਦੂਰ ਮਹਿਲ ਦੀ ਮੋਰੀ, ਆ ਜਾ ਭਾਬੀ ਝੂਟ ਲੈ ਪੀ ਕਹਾਉਣਾ ਨੇ ਲੈਂਦੇ, ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਇਹੋ ਜਿਹੇ ਗੀਤਾਂ ਨੂੰ ਕੌਣ ਪੰਜਾਬੀ ਅਤੇ ਪੰਜਾਬੀਅਤ ਦਾ ਇੱਕ ਤੁਹਾਡੇ ਦਿਲਾਂ ਦੇ ਵਿੱਚ ਪਿਆਰ ਵਧਾਉਣ ਲਈ ਸਟੇਜ 'ਤੇ ਆ ਰਿਹਾ ਮੇਰਾ ਵੱਡਾ ਵੀਰ ਮੇਰੀ ਮੁਰਾਦ ਮਨਮੋਹਨ ਵਾਰਸ।
ਕਿ ਨਹੀਂ ਨਹੀਂ ਜਿਹਦੇ ਜਿਹਦੇ ਨਾਲ ਗੁਜ਼ਰੀ ਉਹ ਜਿਹਨੂੰ ਜਿਹਨੂੰ ਆਪਣਿਆਂ ਤੋਂ ਧੋਖਾ ਮਿਲਿਆ ਇੱਕ ਵਾਰੀ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਨਹੀਂ 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 ਕਿੱਧਰੋਂ ਜ਼ਿਆਦਾ ਆਵਾਜ਼ ਆਈ ਨਹੀਂ 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 ਉਹ ਕੱਲ ਤੇਰੇ ਬਾਰੇ ਉੱਡੀਆਂ ਨੇ ਖਬਰਾਂ ਪੱਟੀਆਂ ਨੇ ਤੇਰੀਆਂ ਕਿਸੇ ਨੇ ਖਬਰਾਂ ਛੱਡ ਕੇ ਪਟੋਲੇ ਜਿਹੀ ਨਾਰ ਸੱਤਾਂ ਦੇ
Ah!
Yeah.
ਤੇ ਢਿੱਲ ਨਾ ਦਿੰਦੇ, ਚੰਗਾ ਸੀ ਤੈਨੂੰ ਦਿਲ ਨਾ ਦਿੰਦੇ, ਦਿਲ ਦਿੱਤਾ ਤੇ ਢਿੱਲ ਨਾ ਦਿੰਦੇ, ਨੀ ਤੇਰੀ ਥਾਂ ਜੇ ਹੋਰ ਕੋਈ ਹੁੰਦਾ ਬਹੁਤ ਪਿਆਰਾ ਰੋ ਤੀਰਥ ਸਿੰਘ ਕਮਾਲ ਹੋਣੀ ਉਹਨਾਂ ਨੇ ਕਹਿ ਕੇ ਕਿਹਾ ਮੈਨੂੰ ਕਿ ਮੇਰੇ ਦਿਲ ਤੇ ਵਸਦਾ ਉਸ ਹੱਥ ਉੱਚੀਆਂ ਅਟਾਰੀਆਂ ਨੂੰ ਪਾਇਆ ਨਹੀਂ ਹੋ ਜਾਣਾ ਤੂੰ ਤਾਂ ਟੀਸੀ ਵਾਲਾ ਤੇ ਸਾਥੋਂ ਲਾਇਆ ਨਹੀਂ ਹੋ ਜਾਣਾ ਇੱਥੋਂ ਰਾਹੇ ਖੜੇ ਨਜ਼ਰ ਮਲਾਈ ਨਹੀਂ ਹੋ ਜਾਣੀ ਸਾਥੋਂ ਇੱਕੇ ਹੋ ਕੇ ਬੁਲਾਇਆ ਨਹੀਂ ਹੋ ਜਾਣਾ ਤੈਥੋਂ ਸ਼ੋਰ ਤਾਂ ਦੀ ਉੱਚੀ ਕੰਧ ਟੱਪ ਨਹੀਂ ਹੋਣੀ ਸਾਥੋਂ ਪੱਲਾ ਬਦਨਾਮੀ ਤੋਂ ਛੁਡਾਇਆ ਨਹੀਂ ਹੋ ਜਾਣਾ ਇੱਕ ਨਦੀ ਦੇ ਕਿਨਾਰੇ ਤੇ ਵੀ ਕਦੋਂ ਮਿਲਦੇ ਜਾਣ ਕੇ ਨਹੀਂ ਆਉਣਾ ਸਾਥੋਂ ਆਇਆ ਨਹੀਂ ਹੋ ਜਾਣਾ ਬਹੁਤੇ ਕੋਲ ਜੇ ਹੋਣ ਰੁਪਈਏ ਤਾਂ ਸੱਜਣਾ ਨੂੰ ਮੁੱਲ ਲੈ ਹੀ ਲਈਏ ਕਰਕੇ
ਡਬਲ ਬੈੱਡ ਦੀ ਚਾਦਰ ਹੋ ਜਾਂਦੀ ਆ ਉਹ ਗਾਣਾ ਨਹੀਂ ਲੈ ਕੇ ਸੌ ਜਾਂਗੇ ਚਾਦਰਾ ਢਾਈ ਪਰਤਾਂ ਮੈਂ ਜਿਹੜਾ ਚਾਦਰਾ ਲਾਇਆ ਹੋਇਆ ਇਹ 75 to 80 inches ਵੱਡਾ ਆ ਤਾਂ ਇਹਨੂੰ ਆ ਚੋਣਾਂ ਨਹੀਂ ਪੈਂਦੀਆਂ ਜਿਹੜਾ ਵਾਲ ਪੈਂਦੇ ਆ ਮੈਂ ਕਹੀ ਇਹ ਗੱਲ ਤਾਂ ਆ ਵੀ ਗਾਣਾ ਆ ਧਰਤੀ 'ਤੇ ਚਾਦਰਾ ਵਿਛਾ ਦੇਈਏ ਕਈ ਫਰਮਾਇਸ਼ ਕਰਦੇ ਨੇ ਉਹ ਕਹਿਣਾ ਸੁਣਾ ਦਿਓ ਜੀ ਧਰਤੀ 'ਤੇ ਚਾਦਰਾ ਵਿਛਾ ਦੇਈਏ ਚਾਦਰਾ ਨਹੀਂ ਧਰਤੀ 'ਤੇ ਚਾਦਰਾ ਵਿਛਾ ਦੇ Yeah.
Thank you.
ਹੁਣ ਤਾਂ ਅਸੀਂ 10 ਮਹੀਨੇ ਆ ਗਏ, ਅਗਲੀ ਵਾਰੀ ਮਾਫੀ ਚਾਹੁੰਦੇ ਹਾਂ। ਹੁਣ ਜੇ ਜਿੱਤ ਗਏ ਤਾਂ 2026 ਚ 2 ਸਾਲ ਬਾਅਦ ਫਿਰ ਤੁਹਾਡੇ ਰੂਪ ਬਣਾਵਾਂਗੇ। ਸਰਦਾਰ ਪਰਮਿੰਦਰ